ਪੰਜਾਬ ਦੇ ਈਸਾਈ ਭਾਈਚਾਰੇ ਨੇ ਤਰਨਤਾਰਨ ਦੇ ਪੱਟੀ ਵਿੱਚ ਹੋਈ ਘਟਨਾ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿੱਚ ਹਾਈ ਲੈਵਲ ਜਾਂਚ ਚਾਹੁੰਦੇ ਹਨ। ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਦੇ ਵਿੱਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਆਈਜੀ ਬਾਰਡਰ ਨੇ ਈਸਾਈ ਸਕੂਲਾਂ ਅਤੇ ਚਰਚ ਵਿੱਚ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਹਨ। ਬੁੱਧਵਾਰ ਨੂੰ ਪੱਟੀ ਚਰਚ ਵਿੱਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਈਸਾਈ ਸਮਾਜ ਦੇ ਸੀਨੀਅਰ ਨੇਤਾ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਆਈਜੀ ਬਾਰਡਰ ਰੇਂਜ ਨੂੰ ਮਿਲਣ ਪਹੁੰਚੇ, ਜਿੱਥੇ ਉਹਨਾਂ ਨੇ ਆਈਜੀ ਬਾਰਡਰ ਰੇਂਜ ਨੂੰ ਮੰਗ ਪੱਤਰ ਦਿੱਤਾ ਅਤੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਚੁੱਕੀ। ਉਹਨਾਂ ਨੇ ਕਿਹਾ ਕਿ ਆਰੋਪੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ, ਜਦਕਿ ਆਰੋਪੀ ਸੀਸੀਟੀਵੀ ਦੇ ਵਿੱਚ ਸਪਸ਼ਟ ਨਜ਼ਰ ਆ ਰਹੇ ਨੇ। ਇਸ ਘਟਨਾ ਤੋਂ ਬਾਅਦ ਈਸਾਈ ਭਾਈਚਾਰੇ ਵਿੱਚ ਰੋਸ਼ ਹੈ। ਈਸਾਈ ਸੰਗਠਨਾਂ ਦੇ ਲੋਕਾਂ ਨੇ ਸਿੱਖਾਂ ਦੇ ਨਾਲ ਪੈਦਾ ਹੋਏ ਵਿਵਾਦਾਂ ਨੂੰ ਮਿਟਾਉਣ ਦੇ ਲਈ ਹਾਈ ਪਾਵਰ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ। ਇਹ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਮਿਲੇ ਅਤੇ ਦੋਨਾਂ ਸਮਾਜਾਂ ਦੇ ਵਿੱਚ ਪੈਦਾ ਹੋਏ ਮਤਭੇਦਾਂ ਨੂੰ ਦੂਰ ਕਰੇ। ਚੰਡਿਆਲਾ ਗੁਰੂ ਵਿੱਚ ਹੋਈ ਨਿਹੰਗ ਸਿੱਖਾਂ ਅਤੇ ਈਸਾਈ ਭਾਈਚਾਰੇ ਦੀ ਝੜਪ ਤੋਂ ਬਾਅਦ ਉੱਥੇ ਸਮਾਗਮਾਂ 'ਤੇ ਰੋਕ ਲਗਾ ਦਿੱਤੀ ਗਈ ਹੈ, ਪਰ ਈਸਾਈ ਭਾਈਚਾਰੇ ਨੇ ਇਸ ਰੋਕ ਨੂੰ ਹਟਾਉਣ ਦੀ ਮੰਗ ਰੱਖੀ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਕਾਰਜਕ੍ਰਮ ਰੱਦ ਨਾ ਕੀਤਾ ਜਾਵੇ ਅਤੇ ਸੁਰੱਖਿਆ ਨੂੰ ਵਧਾ ਦਿੱਤਾ ਜਾਵੇ। ਜਤਿੰਦਰ ਮਸੀਹ ਹੈ, ਮੈਂ ਰਾਸ਼ਟਰ ਮਸੀਹ ਸਮਾਜ ਦਾ ਨੈਸ਼ਨਲ ਪ੍ਰੈਜ਼ੀਡੈਂਟ ਹਾਂ। ਔਰ ਜਿਹੜੀ ਇਹ ਪਿਛਲੇ ਦਿਨਾਂ 'ਚ ਆਪਾਂ ਦੇਖੀ ਘਟਨਾ ਹੋਈ ਆ ਬਹੁਤ ਨਿੰਦਣਯੋਗ ਆ, ਔਰ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਦੇ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦਾ ਆਪਣੇ ਸਿੱਖ ਭਾਈਚਾਰੇ ਨੂੰ ਵੀ ਅਸੀਂ ਸਾਰਿਆਂ ਦਾ ਮਾਣ ਸਤਿਕਾਰ ਕਰਦੇ ਹਾਂ, ਸਾਰੇ ਧਰਮਾਂ ਦਾ ਅਸੀਂ ਸਿੱਖ ਭਾਈਚਾਰੇ ਦੇ ਨਾਲ ਸਾਡਾ ਪ੍ਰੇਮ ਹੈ। ਕੋਈ ਜਿਹੜੀ ਇਹ ਸ਼ਰਾਰਤੀ ਜਿਹੜੇ ਆਨਸਰ ਨੇ ਜਿਹੜੇ ਸਾਡੇ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਦੇ ਖਿਲਾਫ਼ ਹਾਂ। ਔਰ ਜਿਸ ਤਰ੍ਹਾਂ ਵੀ ਮੈਂ ਸੋਸ਼ਲ ਮੀਡੀਆ 'ਤੇ ਵੀ ਦੇਖ ਰਿਹਾ ਸਾਂ, ਕਾਫੀ ਦਿਨਾਂ ਦੇ ਵਿੱਚ ਇੱਕ ਖਬਰ ਚੱਲ ਰਹੀ ਹੈ ਵੀ ਧਰਮ ਪਰਿਵਰਤਨ ਦੇ ਨਾਮ 'ਤੇ, ਇਹ ਧਰਮ ਪਰਿਵਰਤਨ ਨਹੀਂ ਹੈ, ਮਨ ਪਰਿਵਰਤਨ ਹੈ। ਔਰ ਜਦੋਂ ਤਾਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਜਦੋਂ ਸਾਡੇ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ, ਅਸੀਂ ਇਹ ਗੱਲ ਨੂੰ ਸਾਰੇ ਭਲੀ ਭਾਂਤੀ ਜਾਣਦੇ ਹਾਂ ਵੀ ਜਿਹੜਾ ਛੋਟਾ ਬੱਚਾ ਹੁੰਦਾ ਵਾ, ਛੋਟੇ ਬੱਚੇ ਨੂੰ ਕਿਹਾ ਜਾਂਦਾ ਵੀ ਇਹਨੂੰ ਜੋ ਸਿਖਾਓਗੇ ਉਹੀ ਇਹ ਸਿੱਖ ਜਾਏਗਾ। ਜਦੋਂ ਸਾਡੇ ਸਕੂਲਾਂ 'ਚ ਛੋਟੇ ਬੱਚੇ ਪੜ੍ਹਦੇ ਨੇ ਉਦੋਂ ਤਾਂ ਉਹਨਾਂ ਦਾ ਧਰਮ ਪਰਿਵਰਤਨ ਨਹੀਂ ਹੁੰਦਾ, ਜਦੋਂ ਉਹ ਪੜ੍ਹ ਲਿਖ ਕੇ ਜਵਾਨ ਹੋ ਜਾਂਦੇ ਨੇ, ਉਹਨਾਂ ਦੇ ਬੱਚੇ ਹੋ ਜਾਂਦੇ ਨੇ, 40-50 ਸਾਲ ਦੀ ਏਜ਼ ਹੋ ਜਾਂਦੀ ਹੈ, ਫਿਰ ਉਹਨੂੰ ਕਹਿੰਦੇ ਵੀ ਇਹਦਾ ਧਰਮ ਪਰਿਵਰਤਨ ਹੋ ਗਿਆ। ਅੱਜ ਤੱਕ ਕੋਈ ਵੀ ਇੱਦਾਂ ਦਾ ਦੇਖੋ ਕੋਈ ਕੇਸ ਸਾਹਮਣੇ ਆਇਆ ਹੋਵੇ ਵੀ ਕੋਈ ਕ੍ਰਿਸਚਨ ਭਾਈਚਾਰੇ ਨੇ ਪੈਸੇ ਦੇ ਕੇ ਜਾਂ ਕਿਸੇ ਨੂੰ ਜਬਰੀ ਧਰਮ ਪਰਿਵਰਤਨ ਕਰਾਇਆ ਹੋਵੇ, ਉਹ ਕੋਈ ਅੱਜ ਤੱਕ ਕੇਸ ਤੁਹਾਡੇ ਵੀ ਸਾਹਮਣੇ ਨਹੀਂ ਆਇਆ। ਔਰ ਆਪਾਂ ਹਿੰਦੁਸਤਾਨ ਇੱਕ ਆਜ਼ਾਦ ਮੁਲਕ 'ਚ ਰਹਿੰਦੇ ਹਾਂ, ਸਾਨੂੰ ਆਪਣਾ ਫਰੀਡਮ ਹੈ ਪੂਰਾ ਵੀ ਆਪਾਂ ਜਿਹੜੇ ਮਰਜ਼ੀ ਧਰਮ ਨੂੰ 'ਚ ਜਾ ਸਕਦੇ ਹਾਂ। ਆਰਟੀਕਲ 25-28 ਦੇ ਵਿੱਚ ਲਿਖਿਆ ਵੀ ਤੁਸੀਂ ਜਿਹੜੇ ਮਰਜ਼ੀ ਧਰਮ ਨੂੰ ਚੂਜ਼ ਕਰ ਸਕਦੇ ਹੋ, ਜਿਹੜੇ ਮਰਜ਼ੀ ਧਰਮ 'ਚ ਜਾ ਸਕਦੇ ਹੋ, ਆਪਣੀ ਮਰਜ਼ੀ ਦੇ ਨਾਲ ਜਾ ਸਕਦੇ ਹੋ। ਔਰ ਆਪਣੀ ਮਰਜ਼ੀ ਦੇ ਨਾਲ ਜੇ ਕੋਈ ਸਾਡੇ ਧਰਮ 'ਚ ਆਉਂਦਾ ਤਾਂ ਅਸੀਂ ਉਹਦਾ ਵੈਲਕਮ ਕਰਦੇ ਹਾਂ। ਕਹਿੰਦੇ ਜੀ ਲਾਲਚ ਦਿੱਤਾ ਜਾਂਦਾ ਪੈਸੇ, ਜੇ ਲਾਲਚ ਸਾਨੂੰ ਦਿਖਾਇਆ ਜਾਵੇ ਨਾ, ਜੇ ਅਸੀਂ ਕਿਸੇ ਚੀਜ਼ ਦਾ ਲਾਲਚ ਦਿੱਤਾ ਵਾ, ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਇੱਕ ਤਾਲਮੇਲ ਕਮੇਟੀ ਬਣਾਈ ਜਾਵੇ ਔਰ ਉਹਦੇ ਵਿੱਚ ਜੇ ਕੋਈ ਸਾਡੇ ਬੰਦੇ ਗਲਤ ਨੇ ਸਾਨੂੰ ਦੱਸਿਆ ਜਾਵੇ, ਅਸੀਂ ਉਹਨਾਂ 'ਤੇ ਖੁਦ ਕਾਰਵਾਈ ਕਰਵਾਵਾਂਗੇ ਅੱਗੇ ਆ ਕੇ। ਕੋਈ ਇੱਦਾਂ ਦੀ ਗੱਲ ਨਹੀਂ ਆ। ਦੇਖੋ ਜੇ ਅਸੀਂ ਲਾਲਚ ਦਿੰਦੇ ਹੋਈਏ ਤਾਂ ਸਾਡੇ ਬਾਰਡਰ ਏਰੀਏ ਦੇ ਵਿੱਚ ਇੰਨੇ ਲੋਕ ਨੇ ਜਿਹੜੇ ਵਿਚਾਰੇ ਭੱਠਿਆਂ 'ਤੇ ਦਿਹਾੜੀਆਂ ਕਰਦੇ ਨੇ, ਜਿਹਨਾਂ ਕੋਲ ਰੋਟੀ ਖਾਣ ਦੇ ਲਈ ਨਹੀਂ ਆ, ਅਸੀਂ ਉਹਨਾਂ ਦੇ ਰੋਟੀ ਰੁਜ਼ਗਾਰ ਦਾ ਕੰਮ ਤਾਂ ਪੂਰਾ ਕਰ ਨਹੀਂ ਸਕਦੇ, ਅਤੇ ਦੂਜੇ ਧਰਮ ਦੇ ਲੋਕਾਂ ਨੂੰ ਕਿੱਦਾਂ ਅਸੀਂ ਲੈ ਕੇ ਆਵਾਂਗੇ? ਅਸੀਂ ਮੰਗ ਪੱਤਰ ਦੇਣ ਆਏ ਹਾਂ ਜੀ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਮਸੀਹ ਭਾਈਚਾਰੇ ਦੇ ਖਿਲਾਫ ਹੋਈਆਂ ਵਾ। ਡੱਡੂਆਣਾ ਦੇ ਵਿੱਚ ਚੱਲਦੀ ਬੰਦਗੀ ਜਿਹੜੀ ਆ ਉਹਨੂੰ ਇਹਨਾਂ ਨੇ ਰੋਕਿਆ ਵਾ, ਔਰ ਉਹ ਬੜੀ ਵੱਡੀ ਬੇਅਦਬੀ ਅਸੀਂ ਮਹਿਸੂਸ ਕਰਦੇ ਹਾਂ ਸਾਡੇ ਨਾਲ ਹੋਈ ਆ। ਔਰ ਪੱਟੀ ਦੇ ਵਿੱਚ ਜਿਹੜਾ ਚਰਚ ਦੇ ਵਿੱਚ ਭੰਨਤੋੜ ਕੀਤੀ ਗਈ ਆ ਸ਼ਰਾਰਤੀ ਅੰਸਰਾਂ ਵੱਲੋਂ ਕੀਤੀ ਗਈ, ਤਾਂ ਕਿ ਪੰਜਾਬ ਦੀ ਸ਼ਾਂਤੀ ਜਿਹੜੀ ਭੰਗ ਕੀਤੀ ਜਾਵੇ। ਅਸੀਂ ਇਹਨਾਂ ਨੂੰ ਮੰਗ ਪੱਤਰ ਦੇਣਾ ਹੈ ਜਿਨ੍ਹਾਂ ਨੇ ਡੱਡੂਆਣਾ ਦੇ ਵਿੱਚ ਘਟਨਾ ਕੀਤੀ, ਉਹ ਸ਼ਰੇਆਮ ਬੰਦੇ ਸਾਹਮਣੇ ਆ, ਉਹਨਾਂ ਦੇ ਖਿਲਾਫ਼ ਪਰਚਾ ਹੋ ਗਿਆ ਵਾ, ਲੇਕਿਨ ਉਹਨਾਂ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਗਿਆ। ਦੂਜਾ ਜਿਹੜੀ ਪੱਟੀ ਦੇ ਵਿੱਚ ਘਟਨਾ ਵਾਪਰੀ ਆ ਉਹਦੀ CBI ਜਾਂਚ ਦੀ ਅਸੀਂ ਮੰਗ ਕਰ ਰਹੇ ਹਾਂ ਕਿ ਇਹਦੀ ਜਿਹਦੀ ਸਾਜਿਸ਼ ਕਰਤਾ ਇਹਦੇ ਪਿੱਛੇ ਆ ਉਹ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਕਿਸ ਨੇ ਸਾਜਿਸ਼ ਕੀਤੀ ਆ, ਔਰ ਸਾਨੂੰ ਜਿਹੜੀ ਆ ਸੁਰੱਖਿਆ ਜਿਹੜੀ ਆ ਪੰਜਾਬ ਦੇ ਵਿੱਚ ਸਾਡੇ ਚਰਚਾਂ ਨੂੰ ਸਾਡੇ ਧਾਰਮਿਕ ਗੁਰੂਆਂ ਨੂੰ ਮੁਹੱਈਆ ਕਰਾਈ ਜਾਵੇ।